ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਪਲੋਈਆਂ ਦੇ ਨਿਸ਼ਾਨ। ਨੈੱਕ ਤੋਂ ਪਲੋਈ 10 ਇੰਚ 'ਤੇ ਨਿਸ਼ਾਨ ਲਾਵਾਂਗੇ ਅਤੇ ਪਲੋਈ ਦੀ ਲੰਬਾਈ 7 ਇੰਚ 'ਤੇ ਹੋਵੇਗੀ ਅਤੇ ਦੋਵੇਂ ਪਲੋਈਆਂ ਦੇ ਵਿਚਕਾਰ ਦਾ ਗੈਪ 7 ਇੰਚ ਮਤਲਬ ਵੀ 3.5 ਇੰਚ ਹੋਵੇਗਾ। ਜਿਹੜੀ ਮੋਢੇ ਤੋਂ ਪਲੋਈ ਦਾ ਨਿਸ਼ਾਨ ਆ ਉਹ ਜਮ੍ਹਾਂ ਮੋਢੇ ਦੀ ਗਲਾਈ ਤੋਂ ਲੈ ਕੇ ਉਹ ਨਿਸ਼ਾਨ ਦੇ ਵਿਚਾਲੇ ਜਾ ਕੇ 2 ਇੰਚ ਦੀ ਸਪੇਸ 'ਤੇ ਨਿਸ਼ਾਨ ਲਾਉਣਾ ਅਤੇ ਸਾਈਡ ਵਾਲੀ ਪਲੋਈ ਦਾ ਨਿਸ਼ਾਨ ਪਹਿਲਾਂ ਨੇ 7 ਇੰਚ ਪਲੋਈ ਦੇ ਅੱਧ ਕਰਕੇ ਉਹਨਾਂ ਦੇ ਵਿਚਾਲੇ ਤੋਂ ਪਲੋਈ ਸਟਾਰਟ ਕਰਕੇ ਉੱਥੇ 2 ਇੰਚ 'ਤੇ ਹੀ ਨਿਸ਼ਾਨ ਲਗਾਉਣਾ ਆਪਣੇ। ਅਤੇ ਹੁਣ ਆਪਾਂ ਦੂਸਰੇ ਪੱਲੇ 'ਤੇ ਪਿੱਛੇ ਜੋ ਪਲੋਈ ਪਾਵਾਂਗੇ ਉਹਦੇ ਨਿਸ਼ਾਨ ਆਪਾਂ ਪਲਟਾ ਕੇ ਲਾਵਾਂਗੇ ਦੋਨਾਂ ਦੇ ਦੋ ਨਿਸ਼ਾਨ ਅਤੇ ਇੱਕ ਪੱਲਾ ਆਪਾਂ ਚੱਕ ਕੇ ਫਿਰ ਆਪਾਂ 3 ਪਲੋਈਆਂ ਦੇ ਨਿਸ਼ਾਨ ਵਾਰ ਵਾਰ ਲਗਾਵਾਂਗੇ। ਇਹ ਆਪਾਂ ਪਲੋਈਆਂ ਦੇ ਟੱਕ ਲਾਉਣਾ ਜ਼ਰੂਰੀ ਹੈ, ਜਦੋਂ ਆਪਾਂ ਪਲੋਈ ਪਾਵਾਂਗੇ ਉਦੋਂ ਪਲੋਈ ਸਹੀ ਤਰੀਕੇ ਨਾਲ ਆ ਜਾਵੇਗੀ। ਹੁਣ ਆਪਾਂ ਫੱਟੀ ਨਾਲ ਇਹਨਾਂ ਪਲੋਈਆਂ ਦਾ ਨਿਸ਼ਾਨ ਲਾ ਲਵਾਂਗੇ। ਇਹ ਫੱਟੀ ਨਾਲ ਨਿਸ਼ਾਨ ਲਾ ਲਵੇ, ਇਸ ਨਾਲ ਪਲੋਈ ਸਿੱਧੀ ਪੈ ਜਾਂਦੀ ਹੈ, ਨਹੀਂ ਕਈ ਵਾਰ ਪਲੋਈ ਉਰਾਂ-ਪਰਾਂ ਹੋ ਜਾਂਦੀ ਹੈ। ਆਹ ਦੁੱਖ ਆਪਾਂ ਨੇ ਉਹਨਾਂ ਅੱਧ ਕੀਤਾ ਹੈਗਾ, ਜਿਹੜੇ ਪਲੋਈ ਜਾ ਕੇ ਪਲੋਈ ਦਾ ਨਿਸ਼ਾਨ ਲਾਇਆ ਜਮ੍ਹਾਂ ਆਪਦੇ ਕੁੰਜੇ 'ਤੇ ਜਮ੍ਹਾਂ ਨਾਲ ਜਾ ਕੇ ਮਿਲਟਰੀ ਹੈ, ਇਹ ਇੱਥੇ ਮਿਲਣੀ ਜ਼ਰੂਰੀ ਹੈਗੀ, ਫਿਰ ਆਪਣੀ ਪਲੋਈ ਸਹੀ ਪਵੇਗੀ, ਸਹੀ ਦਿਸ਼ਾ ਦੇ ਵਿੱਚ ਜਾਏਗੀ। ਅਤੇ ਹੁਣ ਆਪਾਂ ਲਾਵਾਂਗੇ ਬ੍ਰੱਸ਼ ਦਾ ਨਿਸ਼ਾਨ। ਅਤੇ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ। ਇਹ ਅਲੱਗ ਅਲੱਗ ਹੁੰਦੇ ਨਿਸ਼ਾਨ ਸਾਰਿਆਂ ਦੇ। ਇਹ ਨਿਸ਼ਾਨ ਲਾਉਣ ਦਾ ਮਤਲਬ ਇਹ ਹੈ ਵੀ ਪਲੋਈਆਂ ਦੇਖੋ, ਪਲੋਈਆਂ ਦੇ ਇਹ ਨਿਸ਼ਾਨ ਦੇ ਕਿੱਥੇ ਕਿੱਥੇ ਆ ਰਹੀਆਂ ਨੇ। ਇਹ ਆਪਾਂ ਨੇ ਚੱਕ ਦਾ ਨਿਸ਼ਾਨ ਲਾ ਕੇ ਉਦੋਂ ਬਾਅਦ ਆਪਾਂ ਨੇ ਹਿੱਪ ਦਾ ਨਿਸ਼ਾਨ ਲਾਇਆ। ਇਹ ਨਿਸ਼ਾਨ ਲਾਉਣ ਨਾਲ ਤੁਹਾਨੂੰ ਜ਼ਿਆਦਾ ਸਮਝ ਆਏਗਾ ਵੀ ਨਿਸ਼ਾਨ ਕਿੱਥੇ ਕਿੱਥੇ ਆਏ ਨੇ ਅਤੇ ਕਿੱਥੇ। ਆਪਾਂ ਹੁਣ ਫੱਟੀ ਨਾਲ ਵੀ ਨਿਸ਼ਾਨ ਲਾ ਰਹੇ ਹਨ ਦੇ ਸਹੀ, ਅਤੇ ਆਪਣੇ ਹਿੱਪ ਦਾ ਨਾਪ ਲਿਖਤਾ, ਇਹ ਕਮਰ ਅਤੇ ਇਹ ਛਾਤੀ। ਅਤੇ ਹੁਣ ਆਪਾਂ ਇਹਨਾਂ ਦਾ ਨਿਸ਼ਾਨ ਵੀ ਲਾ ਦਾਂਗੇ, ਛਾਤੀ ਕਮਰ ਅਤੇ ਹਿੱਪ ਦਾ ਫੱਟੀ ਨਾਲ ਆਪਣੇ ਕੋਲ ਫੱਟੀ ਹੋਵੇਗੀ, ਫੱਟੀ ਨਾਲ ਨਿਸ਼ਾਨ ਲਾ ਦਾਂਗੇ। ਦੇਖੋ